ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਝੋਨੇ ਦੀ ਪਨੀਰੀ ਨੂੰ ਇੱਦਾਂ ਸੁੱਕੇ ਖੇਤ 'ਚ ਬੀਜਣ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪਿਛਲੇ 3-4 ਸਾਲਾਂ ਤੋਂ ਬੀਜ ਰਹੇ ਹਾਂ ਅਤੇ ਇਹਦਾ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਟੈਪ ਦੱਸਦਾ ਕਿ ਕਿੱਦਾਂ ਬੀਜ ਤਿਆਰ ਕੀਤਾ, ਖੇਤ ਤਿਆਰ ਕੀਤਾ। ਆਹ ਤੁਸੀਂ ਦੇਖ ਲਓ ਵੀ ਇੱਕ ਰਾਤ ਪਹਿਲਾਂ ਆਪਾਂ ਜਿਹੜੀ ਦਵਾਈ ਲਾਉਂਦੇ ਹੁੰਦੇ ਹਾਂ ਬੀਜ ਨੂੰ, ਉਹ ਟੱਪ 'ਚ ਇੱਦਾਂ ਘੋਲ ਕੇ ਬੀਜ ਪਿਉਂਤਾ ਸੀ ਅਤੇ ਹੁਣ ਪਾਣੀ ਆਪਾਂ ਵੱਖਰਾ ਕੱਢ ਲੈਣਾ ਅਤੇ ਬੀਜ ਨੂੰ ਲੈ ਜਾਣਾ ਆਪਾਂ ਕੱਢ ਕੇ, ਉਹ ਪਾਣੀ ਆਪਾਂ ਖੇਤ 'ਚ ਪਾ ਦਾਂਗੇ ਅਤੇ ਇਹਦਾ ਆਪਾਂ ਛਿੱਟਾ ਦੇ ਦੇਣਾ। ਇਸ ਨੂੰ ਆਪਾਂ ਪੁੰਗਰਨ ਨਹੀਂ ਦਿੱਤਾ, ਆਪਾਂ ਇਸ ਨੂੰ ਜਸਟ ਇੱਕ ਰਾਤ ਭਿਉਂ ਕੇ ਰੱਖਿਆ ਬੀਜ ਨੂੰ। ਉਸ ਤੋਂ ਬਾਅਦ ਜ਼ਰੂਰੀ ਕੀ ਹੈ, ਸਭ ਤੋਂ ਪਹਿਲਾਂ ਵਧੀਆ ਤਰੀਕੇ ਨਾਲ ਆਪਾਂ ਖੇਤ ਜ਼ਰੂਰ ਤਿਆਰ ਕਰਨਾ, ਅੱਛੇ ਤਰੀਕੇ ਨਾਲ 2-3 ਵਾਰੀ ਰੋਟਾਵੀਟਰ ਨਾਲ ਖੇਤ ਆਪਾਂ ਵਾਹੁਣਾ। ਅਤੇ ਉਸ ਤੋਂ ਜ਼ਰੂਰੀ ਇਹ ਆ ਬਾਅਦ ਦੇ ਵਿੱਚ ਕਿ ਇੱਕ ਮਰਲੇ ਦੇ ਵਿੱਚ 2 ਕਿਲੋ ਤੋਂ 2.5 ਕਿਲੋ ਆਪਾਂ ਬੀਜ ਪਾਉਣਾ, ਘੱਟੋ ਘੱਟ 2 ਕਿਲੋ, ਵੱਧ ਤੋਂ ਵੱਧ 2.5 ਕਿਲੋ। ਅਤੇ ਚੰਗੀ ਤਰ੍ਹਾਂ ਖੇਤ ਇੱਦਾਂ ਤਿਆਰ ਕਰਕੇ ਅਤੇ ਉੱਚਾ ਨੀਵਾਂ ਥਾਂ ਚੰਗੀ ਤਰ੍ਹਾਂ ਪੱਧਰਾ ਕਰਨਾ ਤਾਂ ਕਿ ਬੀਜ ਇੱਕ ਜਗ੍ਹਾ ਇਕੱਠਾ ਨਾ ਹੋਵੇ। ਅਤੇ ਇਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ DAP ਜਿਹੜੀ ਖਾਦ ਹੈ ਉਹਦਾ ਆਪਾਂ ਛੱਟਾ ਦੇਵਾਂਗੇ ਇਸ ਤਰ੍ਹਾਂ ਜਿੰਨੀ ਵੀ ਲੋੜ ਹੈ। ਔਰ ਇਹ ਜਿਹੜਾ ਬੀਜ ਆਪਾਂ ਘਰੋਂ ਲੈ ਕੇ ਆਉਂਦਾ ਸੀ ਉਹਨੂੰ ਹੁਣ ਆਪਾਂ ਅਲੱਗ ਤੋਂ ਕੱਢ ਕੇ ਦੋਹਰਾ ਤੇਰਾ ਛੱਟਾ ਆਪਾਂ ਜਿਹੜਾ ਉਹ ਇਸ ਤਰ੍ਹਾਂ ਖੇਤ ਵਿੱਚ ਦੇ ਦੇਵਾਂਗੇ ਤਾਂ ਕਿ ਬੀਜ ਹੈ ਜਿਹੜਾ ਉਹ ਪੂਰੀ ਤਰ੍ਹਾਂ ਇੱਕ ਸਾਰ, ਇਹ ਜਿਵੇਂ ਆਹ ਤੁਸੀਂ ਦੇਖ ਰਹੇ ਹੋ ਨਾ, ਇੱਕ ਸਾਰ ਬੀਜ ਇੱਦਾਂ ਖਿੰਡਣਾ ਚਾਹੀਦਾ। ਅਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਤੰਗਲੀ ਦੇ ਨਾਲ ਮਿੱਟੀ ਦੇ ਵਿੱਚ ਮਿਕਸ ਕਰ ਦੇਣਾ, ਇਸ ਤਰ੍ਹਾਂ ਤੰਗਲੀ ਫਿਰਦੀ ਜਾਊਗੀ ਤਾਂ ਜਿਹੜੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਨੇ ਇਹ ਵੀ ਸਾਰੇ ਇੱਦਾਂ ਖਤਮ ਹੋ ਜਾਣਗੇ ਅਤੇ ਖੇਤ ਆਪਣਾ ਪੂਰਾ ਪੱਧਰ ਦਿਖਾਈ ਦੇਵੇਗਾ। ਇਹ ਸਾਰਾ ਕੁਝ ਕਰਨ ਤੋਂ ਬਾਅਦ ਖੇਤ ਆਪਣਾ ਇੱਦਾਂ ਦਿਖਾਈ ਦੇਵੇਗਾ ਕਿ ਬੀਜ ਵੀ ਮਿੱਟੀ ਦੇ ਵਿੱਚ ਮਿਲ ਚੁੱਕੇ ਨੇ। ਅਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਪਾਣੀ ਲਾ ਦੇਵਾਂਗੇ। ਪਾਣੀ ਲਾਉਣ ਤੋਂ ਬਾਅਦ ਆਪਾਂ ਕਬਾੜ ਵਾਲੀ ਦਵਾਈ ਉਹ ਸ਼ਾਮ ਨੂੰ ਪਾਵਾਂਗੇ ਇੱਦਾਂ ਭਰ ਕੇ ਖੇਤ। ਹੁਣ ਦਿਨੇ ਪਾਣੀ ਆਪਾਂ ਖਿਲਾਰ ਕੇ ਰੱਖਣਾ ਅਤੇ ਰਾਤ ਨੂੰ ਇਹਦਾ ਪਾਣੀ ਆਪਾਂ ਕੱਢ ਦਿਆ ਕਰਨਾ। 20-25 ਦਿਨਾਂ 'ਚ ਤਿਆਰ ਹੋਏਗੀ ਪਨੀਰੀ ਹੁਣੇ।